ਨੀਲੀ ਵਾਰ ਵਾਲਿਆਂ ਦੇ ਮੁੰਡੇ ਆ ਦੇਖੋ ਜੀ, ਸ਼ਰਾਬਾਂ ਪੀਂਦੇ ਆ, ਸਿਗਟਾਂ ਪੀਂਦੇ ਆ, ਕੂਲ ਲਿਪਾ ਲਾਉਂਦੇ ਆ, ਵੇਚਦੇ ਚੰਦੂਆ ਸਾਹਿਬ ਦੇ ਆ ਦੇਖੋ ਨੀਲੀ ਵਾਰ। ਧੱਬਾ ਨੇ ਲੋਕ ਸਮਾਜ ਤੇ, ਸ਼ਰਾਬ ਨੇ ਲੋਕ ਕਿਸੇ ਵੀ ਧਰਮ ਵਾਸਤੇ। ਸਿੱਖ ਸੰਗਤ ਜੋ ਅਕਾਲ ਤਖ਼ਤ ਸਾਹਿਬ ਜੋ ਮੈਨੂੰ ਮੇਰੇ ਪਰਿਵਾਰ ਨੂੰ ਸਜ਼ਾ ਲਾਣਗੇ ਮੇਰੇ ਬੱਚੇ ਦੀ ਕਰਤੂਤ ਦੀ, ਮੈਂ ਉਹ ਭੁਗਤਾਂਗਾ। ਸਿੱਖ ਕੌਮ ਕੋਲੋਂ, ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮਾਫ਼ੀ ਮੰਗਦਾ ਕਿ ਜੋ ਮੇਰੇ ਬੱਚੇ ਨੇ ਕਰਤੂਤ ਕੀਤੀ ਹੈ, ਨਿਹਾਇਤੀ ਨਿੰਦਕ ਯੋਗ ਹੈ, ਦੱਸਣਯੋਗ ਨਹੀਂ ਹੈ, ਮਾਫ਼ ਕਰਨ ਯੋਗ ਨਹੀਂ ਹੈ। ਪਰ ਮੈਂ ਇਸ ਨੂੰ ਪਹਿਲੇ ਇਹ ਦੰਡ ਲਾ ਦਿੱਤਾ, ਮੈਂ ਇਸ ਨੂੰ ਆਪਣੀ ਜਾਇਦਾਦ ਚੱਲ ਅਚਲ ਤੋਂ ਆਪਣੇ ਪਰਿਵਾਰ ਤੋਂ ਬੇਦਖਲ ਕਰ ਦਿੱਤਾ ਹੈ। ਅੱਜ ਤੋਂ ਮੇਰਾ ਮੇਰੇ ਪਰਿਵਾਰ ਨਾਲ ਇਸਦਾ ਕੋਈ ਵਾਸਤਾ ਨਹੀਂ ਹੈ। ਸਤਿ ਸ਼੍ਰੀ ਅਕਾਲ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੜੀ ਮਾੜੀ ਕਰਤੂਤ ਜਿਹਨੇ ਸਾਡਿਆਂ ਸਾਰਿਆਂ ਦਾ ਸਿਰ ਨੀਵਾਂ ਕੀਤਾ। ਲੁਧਿਆਣੇ ਤੋਂ ਵੀਡੀਓ ਹੋਈ ਸੀਗੀ ਵਾਇਰਲ, ਅਤੇ ਨਾਮ ਸੀ ਮਹਿਕਦੀਪ ਸਿੰਘ। ਅਤੇ ਜਦੋਂ ਕੱਲ੍ਹ ਉਹ ਵੀਡੀਓ ਪਈ ਆ, ਅਤੇ ਇਹ ਉਸ ਬੱਚੇ ਦੇ ਮੂਰਖ ਹੈ, ਵੈਸੇ ਤਾਂ ਮੂਰਖ ਕਹਾਂਗੇ, ਉਹਦੇ ਮਾਤਾ ਪਿਤਾ ਜੀ ਸਰਦਾਰ ਗੁਰਵਿੰਦਰ ਸਿੰਘ ਜੀ ਖੜ੍ਹੇ ਨੇ, ਸਾਡੀ ਭੈਣ ਖੜ੍ਹੀ ਆ ਨਾਲ, ਉਹ ਬੱਚੇ ਦੀ ਮਾਂ ਖੜ੍ਹੀ ਆ। ਉਹ ਕਹਿੰਦੇ ਵੀ ਪੁੱਤ ਕਪੁੱਤ ਹੋ ਜਾਂਦੇ ਨੇ, ਮਾਪੇ ਕਮਾਪੇ ਨਹੀਂ ਹੁੰਦੇ। ਪਰ ਮੈਂ ਇਹ ਆਪ ਹੀ, ਮਤਲਬ ਇਹਨਾਂ ਨੇ ਜਦੋਂ ਇਹ ਗੱਲ ਹੋਈ ਆਪਣੇ ਬੱਚੇ ਨੂੰ, ਆਪ ਹੀ ਬੇਦਖਲ ਜਿਹੜਾ ਕਰਤਾ, ਕਹਿੰਦੇ ਕੋਈ ਸਾਡਾ ਲੈਣਾ ਨਹੀਂ, ਕੋਈ ਦੇਣਾ ਨਹੀਂ, ਕੋਈ ਸਾਡਾ ਉਹਦੇ ਨਾਲ ਵਰਤ ਵਰਤਾਵ ਨਹੀਂ, ਕਿਉਂਕਿ ਉਹਨੇ ਜੋ ਕਰਤੂਤ ਕੀਤੀ ਆ ਉਹਦੇ ਨਾਲ ਪਰਿਵਾਰ ਦਾ ਤਾਂ ਨਹੀਂ, ਪਰਿਵਾਰ ਤਾਂ ਇੱਕ ਬੜੀ ਛੋਟੀ ਜਿਹੀ ਗੱਲ ਹੈ, ਪੂਰੀ ਕੌਮ ਦਾ ਜਿਹੜਾ ਸਿਰ ਨੀਵਾਂ ਹੋਇਆ। ਅਤੇ ਵੀਰ ਗੁਰਵਿੰਦਰ ਸਿੰਘ ਜੀ ਬੱਚੇ ਦੇ ਪਿਤਾ ਜੀ ਨੇ, ਉਸ ਮੂਰਖ ਪ੍ਰਾਣੀ ਦੇ ਜਿਹਨੇ ਐਸੀ ਮਾੜੀ ਕਰਤੂਤ ਕੀਤੀ ਆ। ਅਤੇ ਗੁਰਵਿੰਦਰ ਸਿੰਘ ਜੀ ਕੀ ਕਹਿਣਾ, ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ, ਦੱਸੋ ਫਿਰ ਤੁਸੀਂ ਆਹ ਕੀ ਕੁਛ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤਾਂ ਮੈਂ ਸਾਰੀ ਸੰਗਤ ਕੋਲੋਂ, ਸਿੱਖ ਕੌਮ ਕੋਲੋਂ, ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮਾਫ਼ੀ ਮੰਗਦਾ ਕਿ ਜੋ ਮੇਰੇ ਬੱਚੇ ਨੇ ਕਰਤੂਤ ਕੀਤੀ ਹੈ, ਨਿਹਾਇਤੀ ਨਿੰਦਕ ਯੋਗ ਹੈ, ਦੱਸਣਯੋਗ ਨਹੀਂ ਹੈ, ਮਾਫ਼ ਕਰਨ ਯੋਗ ਨਹੀਂ ਹੈ। ਪਰ ਮੈਂ ਇਸ ਨੂੰ ਪਹਿਲੇ ਇਹ ਦੰਡ ਲਾ ਦਿੱਤਾ, ਮੈਂ ਇਸ ਨੂੰ ਆਪਣੀ ਜਾਇਦਾਦ ਚੱਲ ਅਚਲ ਤੋਂ ਆਪਣੇ ਪਰਿਵਾਰ ਤੋਂ ਬੇਦਖਲ ਕਰ ਦਿੱਤਾ ਹੈ। ਅੱਜ ਤੋਂ ਮੇਰਾ ਮੇਰੇ ਪਰਿਵਾਰ ਨਾਲ ਇਸਦਾ ਕੋਈ ਵਾਸਤਾ ਨਹੀਂ ਹੈ। ਸਿੱਖ ਸੰਗਤ ਜੋ ਅਕਾਲ ਤਖ਼ਤ ਸਾਹਿਬ ਜੋ ਮੈਨੂੰ ਮੇਰੇ ਪਰਿਵਾਰ ਨੂੰ ਸਜ਼ਾ ਲਾਣਗੇ ਮੇਰੇ ਬੱਚੇ ਦੀ ਕਰਤੂਤ ਦੀ, ਮੈਂ ਉਹ ਭੁਗਤਾਂਗਾ। ਵਾਹਿਗੁਰੂ, ਮੇਰੀ ਤਾਂ ਆਹ ਦੇਖੋ ਵੀ ਔਲਾਦ ਕਰਦੀ ਔਲਾਦ ਮਾੜਾ, ਅਤੇ ਭੁਗਤਣਾ ਮਾਂ ਪਿਓ ਨੂੰ ਪੈਂਦਾ, ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ, ਪਿਓ ਦਾ ਵੀ। ਪਰ ਕਰਤੂਤਾਂ ਲਾ ਦੀਆਂ ਨੇ ਅਤੇ ਭੁਗਤਣਾ ਮਾਂ ਪਿਓ ਨੂੰ ਪੈਂਦਾ ਪਿਆ। ਪਿੱਛੇ ਮੈਂ ਭੂਆ ਵੀ ਬੈਠੀ ਹੈ, ਭੂਆ ਵੀ ਜਿਹੜੀ ਬੱਚੇ ਦੀ, ਉਹ ਵੀ ਮੈਂ ਵੇਖਦਾ ਵੀ ਰੋ ਰਹੀ ਆ। ਚਲੋ ਗੁਰੂ ਸਾਹਿਬ ਕਿਰਪਾ ਕਰਨ, ਬਾਕੀ ਕਰਤੂਤ ਤਾਂ ਬਹੁਤ ਮਾੜੀ ਆ। ਅਤੇ ਬਾਕੀ ਮਿੱਤਰਾ ਜਿੱਦਣ ਸਾਨੂੰ ਮਿਲੇਗਾ ਤੈਨੂੰ ਦੱਸਾਂਗੇ ਤਾਂ ਜ਼ਰੂਰ, ਕਹਿੰਦੇ ਹੈ ਘਰੇ ਕਿ ਛੱਡ ਕੇ ਲੰਘ ਗਿਆ ਘਰੋਂ, ਘਰ ਕੱਲ੍ਹ ਦਾ ਛੱਡ ਕੇ ਚਲਾ ਗਿਆ ਜੀ, ਘਰ ਛੱਡ ਕੇ ਚਲਾ ਗਿਆ। ਚਲੋ ਬਾਕੀ ਸੰਗਤ ਜੀ, ਇਹ ਪਰਿਵਾਰ ਹੈ, ਇਹਨਾਂ ਨੇ ਚਲੋ ਆਪਣੇ ਆਪ ਹੀ ਲਿਖਾ ਕੇ ਲਿਆਏ ਨੇ। ਚਲੋ ਇਹ ਤਾਂ ਲਿਖਣਾ ਤਾਂ ਇੱਕ ਫੋਰਮੈਲਿਟੀਆਂ ਹੁੰਦੀਆਂ ਨੇ, ਮੇਰਾ ਮੰਨਣਾ ਇਹ ਹੈ ਵੀ ਜਿਹਨੇ ਕਰਨਾ ਉਹਨੇ ਦਿਲੋਂ ਹੀ ਕਰ ਦੇਣਾ, ਜਿਹਨੇ ਨਹੀਂ ਕਰਨਾ ਉਹਨੇ ਲਿਖ ਕੇ ਵੀ ਨਹੀਂ ਕਰਨਾ। ਪਰ ਅਸੀਂ ਉਮੀਦ ਕਰਾਂਗੇ ਵੀ ਫਿਰ ਵੀ ਉਹ ਬੱਚਾ ਜਿਹੜਾ ਹੈ ਉਹ ਕਿਸੇ ਪਾਸੇ ਸਿੱਧੇ ਰਾਹ ਪਏ, ਕਿਉਂਕਿ ਉਹਨੇ ਕਰਤੂਤ ਜਿਹੜੀ ਆ ਉਹਨੇ ਬੜੀ ਮਾੜੀ ਕੀਤੀ ਹੈ, ਬਹੁਤ ਮਾੜੀ ਕਰਤੂਤ ਜਿਹੜੀ ਹੈ ਉਹਨੇ ਕੀਤੀ ਆ। ਅਤੇ ਸਾਡੀ ਤਾਂ ਕੋਈ ਨਹੀਂ, ਉਹ ਹੁਣ ਭੁਗਤਣਾ ਤਾਂ ਪੈਣਾ ਹੀ ਹੈ ਨਾ, ਭੁਗਤਣਾ ਤਾਂ ਪੈਣਾ ਹੀ ਹੈ। ਪਰ ਫਿਰ ਵੀ ਤੁਸੀਂ ਤਗੜੇ ਹੋ, ਜਿਹੜਾ ਤੁਸੀਂ ਐਡਾ ਫੈਸਲਾ ਵੀ ਤੁਸੀਂ ਕਿਹਾ ਵੀ ਉਹਨੂੰ ਵੀ ਜੋ ਮਰਜ਼ੀ ਜਿੱਥੇ ਮਰਜ਼ੀ ਜਾਵੇ ਜੋ ਮਰਜ਼ੀ ਕਰੇ, ਅਸੀਂ ਕੀ ਲੈਣਾ ਦੇਣਾ ਉਹਦੇ ਤੋਂ।
ਚਲੋ, ਪਰ ਫਿਰ ਵੀ ਅਸੀਂ ਅਰਦਾਸ ਕਰਾਂਗੇ ਗੁਰੂ ਸਾਹਿਬ ਅੱਗੇ ਵੀ ਕੋਈ ਭੁੱਲਿਆ ਭਟਕਿਆ ਘਰ ਵਾਪਸ ਆ ਜਾਏ ਤਾਂ ਚੰਗਾ ਹੁੰਦਾ, ਘਰ ਵਾਪਸ ਆ ਜਾਏ ਚੰਗਾ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।